ਜਲੰਧਰ ਦੇ ਵਿੱਚ ਵੋਟਾਂ ਵਾਲੇ ਦਿਨ ਬੂਥ ਕੈਪਚਰਿੰਗ ਵੀ ਹੋ ਸਕਦੀ ਹੈ ਇਹ ਖਦਸ਼ਾ ਜਤਾਇਆ ਹੈ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਚੋਣ ਨੂੰ ਜਿੱਤਣ ਲਈ ਗੁੰਡਾਗਰਦੀ ਵੀ ਕਰ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਵਕਫ ਵਕ ਥਾਵਾਂ ਤੋਂ 25 ਡੀਐਸਪੀ ਤੇ ਹੋਰ ਅਧਿਕਾਰੀ ਲਿਆ ਕੇ 24 ਵਾਰਡਾਂ ਦੇ ਵਿੱਚ ਲਾ ਦਿੰਦੇ ਨੇ ਕਾਂਗਰਸ ਨੂੰ ਇਸ ਚੋਣ ਮੌਕੇ ਬੂਥ ਕੈਪਚਰ ਕਰਨ ਦਾ ਪੂਰਾ ਡਰ ਹੈ ਕਹਿੰਦੇ ਸਾਡੀ ਜਾਣਕਾਰੀ ਮੁਤਾਬਿਕ 4-4000 ਰੁਪਏ ਦੇ ਕੇ ਵੋਟਾਂ ਖਰੀਦਣ ਦੀ ਵੀ ਇਹ ਯੋਜਨਾ ਬਣਾ ਰਹੇ ਨੇ ਵੱਡਾ ਇਲਜ਼ਾਮ ਲਾਇਆ ਬਾਜਵਾ ਨੇ ਇਹ ਮਾਡਰਸ ਅਪਰੈਂਡਾਈ ਇਹਨਾਂ ਨੇ ਕਰਨਾ ਹੈ ਬੂਥਾਂ ਦੇ ਕੈਪਚਰ ਕੈਪਚਰ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੈ ਪੁਲਿਸ ਆ ਚੁੱਕੀ ਹੈ ਸਿਵਲਨ ਕਪੜਿਆਂ 'ਚ ਕੱਲੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਦੋ ਵੱਡੇ ਅਫਸਰਾਂ ਦੀ ਡਿਊਟੀ ਲੱਗੀ ਹੈ 12000 ਨਵੇਂ ਸੂਟ ਸਵਾ ਕੇ ਲੈ ਕੇ ਆਏ ਦੇ ਔਰ ਤੋਂ 12000 ਰੈਡੀमेड ਸੂਟ ਆਇਆ ਚਾਰ-ਚਾਰ ਹਜ਼ਾਰ ਰੁਪਈਆ ਫੋਰ ਦੇ ਨਾਲ ਡੈਂਟੀਫਾਈ ਕੀਤਾ ਸੀ ਦੇਣਾ 4-4000 ਰੁਪਏ ਬਾਜਮਾਨੇ ਸੁਨੀਲ ਜਾਖੜ ਨੂੰ ਚੈਲੰਜ ਕੀਤਾ ਕਿ ਉਹ ਸ਼ੀਤ ਲੰਗਰਾਲ ਵੱਲੋਂ ਦਿੱਤੀ ਗਈ ਪੈਨ ਡਰਾਈਵ ਨੂੰ ਜਨਤਕ ਕਰਨ ਜੇ ਤੁਸੀਂ ਜਨਤਕ ਨਹੀਂ ਕਰਦੇ ਤਾਂ ਇਹਦਾ ਮਤਲਬ ਹੈ ਕਿ ਬੀਜੇਪੀ ਲੋਕਾਂ ਦੇ ਨਾਲ ਧੋਖਾ ਕਰ ਰਹੀ ਹੈ ਸਿਰਫ ਉਹਨਾਂ ਨੂੰ ਲਾਰੇ ਲਾ ਰਹੀ ਹੈ ਉੱਲੂ ਬਣਾ ਰਹੀ ਹੈ ਪੀ ਦੀ ਲੀਡਰਸ਼ਿਪ ਨੂੰ ਦਿੱਤੀ ਹੈ ਅੱਜ ਵੀ ਤੁਹਾਡੇ ਕੋਲ 2 ਘੰਟਿਆਂ ਦਾ ਟਾਈਮ ਹੈ ਮੈਂ ਬਾਜਮਾਨਾ ਦੇ ਵੇਖਣਾ ਕਿ ਕਿੰਨਾ ਕੁ ਜਾਣ ਸੁਨੀਲ ਜਾਖੜ ਰੱਖਦਾ ਤੇ ਕਿੰਨੇ ਜਾਣ ਭਾਜਪਾ ਰੱਖੇ ਜੇ ਪੈਨ ਡਰਾਈਵ ਇਹ ਪਬਲਿਕ ਨਹੀਂ ਕਰੇਗੀ ਭਾਜਪਾ ਕਿਉਂਕਿ ਨੇ ਉਹ ਦਿਨ ਬਿਆਨ ਦਿੱਤਾ ਸੀ ਬਾਬੂ ਜਗਜੀਵਨ ਨਾਮ ਚੌਂਕ ਚ ਕੇ ਪੈਂਟ ਰਾਈ ਮੈਂ ਭਾਜਪਾ ਦੀ ਲੀਡਰਸ਼ਿਪ ਨੂੰ ਦੇਣ ਲੱਗ ਪਈ ਜੇ ਨਹੀਂ ਹੈ ਪਬਲਿਕ ਕਨ ਦਾ ਮਤਲਬ ਹੈ ਕਿ ਭਾਜਪਾ ਆਪਣਾ ਰੜ ਕੇ ਲੋਕਾਂ ਦਾ ਧੋਖਾ ਕਰ ਰਹੀ ਹੈ ਬਾਜਬਾ ਨੇ ਤਾਂਚ ਕਸਦਿਆਂ ਕਿਹਾ ਕਿ ਜੇ ਜਲੰਧਰ ਵੈਸਟ ਤੋਂ ਆਪ ਦੀ ਹਾਰ ਹੋਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਛੇਤੀ ਛੁੱਟੀ ਹੋ ਜਾਊਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੂੰ ਇਸ ਸੰਬੰਧੀ ਖੁਦ ਬਿਆਨ ਦੇ ਕੇ ਕਲੀਅਰ ਕਰਨਾ ਪਿਆ ਸੀ ਪੰਜਾਬੀ ਜੀਪ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ੀਤਲ ਅੰਗਰਾਲ ਦੇ ਹੱਕ ਵਿੱਚ ਵੋਟਾਂ ਮੰਗਦੇ ਆ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਸਰਕਾਰ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਓ ਕਹਿੰਦੇ ਅੱਜ ਪੰਜਾਬ ਦੇ ਹਾਲਾਤ ਅਜਿਹੇ ਨੇ ਕਿ ਘਰ ਬੈਠਾ ਸ਼ਖਸ ਵੀ ਸੁਰੱਖਿਅਤ ਨਹੀਂ ਹੈ ਵੋਟਾਂ ਪਾਉਣ ਤੋਂ ਪਹਿਲਾਂ ਸੂਬੇ ਦੇ ਹਾਲਾਤ ਵੇਖ ਲਿਓ ਸਿਰਫ ਇਨਾ ਹੀ ਨਹੀਂ ਜਾਖੜ ਨੇ ਕਾਂਗਰਸ ਨੂੰ ਘੇਰਦਿਆਂ ਵੀ ਕਿਹਾ ਕਿ ਆਪਣੀ ਜਾਨ ਬਚਾਉਣ ਦੇ ਲਈ ਵਿਰੋਧੀ ਧਿਰ ਕਾਂਗਰਸ ਸਰਕਾਰ ਦੇ ਪੈਰਾਂ ਦੇ ਵਿੱਚ ਡਿੱਗ ਪਈ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਪੈਰਾਂ 'ਚ ਡਿੱਗ ਪਈ ਹੈ ਸਰ ਨਿਕੰਮੀ ਨਲਾਇਕ ਤੇ ਗੈਰ ਜ਼ਿੰਮੇਵਾਰਾ ਨ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਇੱਕ ਤੁਹਾਨੂੰ ਮੌਕਾ ਮਿਲਿਆ ਸਾਥਿਓ ਕਿਉਂਕਿ ਆ ਸਰਕਾਰ ਬਿਲਕੁਲ ਫੇਲ ਸਾਬਤ ਹੋਈ ਹੈ ਤੇ ਜਿਹੜੀ اپوزیشن ਦਾ ਰੋਲ ਬਣਦਾ ਸੀ ਉਹ اپوزیشن ਪਾਰਟੀ ਦਾ ਭਾਈਵਾਲ ਬਣੀ ਬੈਠੀ ਹੈ ਭਗਵੰਤ ਮਾਨ ਜੀ ਦੇ ਇੱਕ ਫੇਲ ਚੀਫ ਮਿਨਿਸਟਰ ਦੇ ਪੈਰਾਂ 'ਚ ਇੱਕ ਫੇਲ اپوزیشن ਕਾਂਗਰਸ ਪਾਰਟੀ ਆਪਣੇ ਕਰਪਸ਼ਨ ਦੇ ਤੋਂ ਜਾਨ ਬਚਾਉਣ ਵਾਸਤੇ ਆਪਣੇ ਅਰਸ਼ਿਸ਼ਤਾਂ ਤੋਂ ਜਾਨ ਬਚਾਉਣ ਦੇ ਕੇਸਾਂ ਤੋਂ ਬਚਣ ਵਾਸਤੇ ਉਹਨਾਂ ਦੇ ਪੈਰਾਂ 'ਚ ਡਿੱਗੇ ਪਏ ਐ ਤੇ ਕਰਪਸ਼ਨ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਟੜੀ ਮਾਨਦਾਰ ਕਹਿੰਦੀ ਸੀ ਹੁਣ ਕਰਪਸ਼ਨ ਦੇ ਜਿਹੜੇ ਇਲਜ਼ਾਮ ਹੈ ਖੁਦ ਮੁੱਖ ਮੰਤਰੀ ਦੇ ਚੁੱਲ੍ਹੇ ਤੱਕ ਪਹੁੰਚੇ ਖੜੇ ਹੈ ਕਿਉਂਕਿ ਜਿਹੜੇ ਇਲਜ਼ਾਮ ਸ਼ੀਤਲ ਅੰਗਰਾਲ ਜੀ ਨੇ ਲਾਏ ਸੀਗੇ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਬੰਦਾ ਸੀ ਵੀ ਉਹਨਾਂ ਦੀ ਜਾਂਚ ਕਰਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਤਾਂ ਕਿ ਲੋਕਾਂ ਦੇ ਸਾਹਮਣੇ ਸਥਿਤੀ ਸਪਸ਼ਟ ਹੁੰਦੀ ਨਹੀਂ ਕੀਤੇ ਇਹਨਾਂ ਨਾਲ ਆ ਹੀ ਲੱਗਦਾ ਵੀ ਧਾਲ ਚੇ ਕੁਛ ਨਾ ਕੁਛ ਕਾਲਾ ਹੈ ਪੰਜਾਬ ਦੇ ਅਧਿਆਪਕਾਂ ਦੇ ਲਈ ਜ਼ਰੂਰੀ ਜਾਣਕਾਰੀ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮੈਡੀਕਲ ਛੁੱਟੀ ਲੈਣ ਦੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਇੱਕ ਜਾਂ ਇੱਕ ਤੋਂ ਵੱਧ ਦਿਨਾਂ ਦੀ ਛੁੱਟੀ ਲੈਣ ਤੇ ਮੁਲਾਜ਼ਮਾ ਨੂੰ ਦੋ ਸਰਟੀਫਿਕੇਟ ਜਮ੍ਹਾਂ ਕਰਵਾਉਣੇ ਪੈਣਗੇ ਪਹਿਲਾ ਡਾਕਟਰ ਵੱਲੋਂ ਜਾਰੀ ਮੈਡੀਕਲ ਸਰਟੀਫਿਕੇਟ ਤੇ ਦੂਸਰਾ ਫਿਟਨੈਸ ਸਰਟੀਫਿਕੇਟ ਇਹ ਦੋਵੇਂ ਸਰਟੀਫਿਕੇਟ ਬਲਾਕ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣੇ ਪੈਣਗੇ ਤੇ ਇਹ ਤਬਦੀਲੀ ਇਸ ਲਈ ਕੀਤੀ ਗਈ ਹੈ ਤਾਂ ਜੋ ਮੁਲਾਜ਼ਮ ਮੈਡੀਕਲ ਛੁੱਟੀ ਦੀ ਦੁਰਵਰਤੋਂ ਨਾ ਕਰਨ ਸਕੂਲਾਂ ਦੇ ਵਿੱਚ ਹਾਜ਼ਰੀ ਯਕੀਨੀ ਬਣਾਈ ਜਾ ਸਕੇ ਸਕੂਲ ਸਿੱਖਿਆ ਵਿਭਾਗ ਨੇ ਸਾਰੇ ਸੈਂਟਰ ਹੈਡ ਟੀਚਰਾਂ ਤੇ ਸਕੂਲ ਮੁਖੀਆਂ ਨੂੰ ਚਿੱਠੀ ਭੇਜ ਕੇ ਮੈਡੀਕਲ ਛੁੱਟੀ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਜਲੰਧਰ ਦੇ ਵਿੱਚ ਜਿੰਨੀਆਂ ਵੀ 8ਵੀਂ 10ਵੀਂ ਤੇ 12ਵੀਂ ਜਮਾਤ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਹੋ ਰਹੀਆਂ ਨੇ ਉਹਨਾਂ ਦੇ ਆਲੇ-ਦੁਆਲੇ 5 ਜਾਂ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ ਇਸ ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ ਤੇ ਹੁਕਮ ਵੀ ਜੁਲਾਈ ਤੱਕ ਲਾਗੂ ਰਹਿਣਗੇ ਜਲੰਧਰ ਦੇ ਵਿਧੀਕ ਜ਼ਿਲ੍ਹਾ ਮੈਜਿਸਟਰੇਟ ਮੇਜਰ ਡਾਕਟਰ ਅਮਿਤ ਮਹਾਜਨ ਨੇ ਇਹ ਹੁਕਮ ਜਾਰੀ ਕੀਤੇ ਨੇ ਜਲੰਧਰ ਜ਼ਿਲ੍ਹੇ ਦੇ ਨਾਲ ਹੀ ਜੁੜੀ ਇੱਕ ਹੋਰ ਅਹਿਮ ਖਬਰ ਹੈ ਕਿ ਅੱਜ 8 ਜੁਲਾਈ ਨੂੰ ਸ਼ਾਮ 5 ਵਜੇ ਤੋਂ ਬਾਅਦ ਇੱਥੇ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ 10 ਜੁਲਾਈ ਨੂੰ ਸ਼ਾਮ 7 ਵਜੇ ਦੇ ਕਰੀਬ ਜਾ ਕੇ ਖੁੱਲਣਗੀਆਂ ਕਿਉਂਕਿ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਦੇ ਲਈ ਵੋਟਾਂ ਪੈ ਰਹੀਆਂ ਨੇ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਦੇ ਲਈ ਭਾਰਤੀ ਚੋਣ ਕਮਿਸ਼ਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਵੋਟ ਪਾਉਣ ਵੇਲੇ ਵੋਟਰ ਦੇ ਖੱਬੇ ਹੱਥ ਦੀ ਵਿਚਾਲੜੀ ਉਂਗਲੀ ਤੇ ਐਤਕੀ ਸਿਆਹੀ ਲਾਈ ਜਾਊਗੀ ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਇਹ ਤਬਦੀਲੀ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਕਰਕੇ ਕੀਤੀ ਗਈ ਹੈ ਕਿਉਂਕਿ ਉਦੋਂ ਤੇ ਜਿਹੜੇ ਨਿਸ਼ਾਨ ਲੱਗੇ ਸੀ ਉਹ ਹਾਲੇ ਤੱਕ ਵੋਟਰਾਂ ਦੇ ਹੱਥ ਦੀ ਪਹਿਲੀ ਉਂਗਲ ਤੇ ਲੱਗੇ ਹੋਏ ਨੇ ਤੇ ਦੁਚਿੱਤੀ ਨਾ ਪੈਦਾ ਹੋ ਜਾਵੇ ਇਸ ਖਦਸ਼ੇ ਨੂੰ ਦੂਰ ਕਰਨ ਦੇ ਲਈ ਹੁਣ ਐਤਕੀ ਬਦਲਿਆ ਗਿਆ ਹੈ ਕਿ ਉਂਗਲੀ ਦਾ ਉਂਗਲੀ ਤੇ ਜਿਹੜਾ ਨਿਸ਼ਾਨ ਹੈ ਉਹ ਖੱਬੇ ਹੱਥ ਦੀ ਵਿਚਾਲੜੀ ਉਂਗਲੀ ਤੇ ਲਾਇਆ ਜਾਊਗਾ ਭਾਰਤੀ ਚੋਣ ਕਮਿਸ਼ਨ ਨੇ ਇਸੇ ਉਲਝਣ ਨੂੰ ਦੂਰ ਕਰਨ ਦੇ ਲਈ ਨਵੇਂ ਹੁਕਮ ਜਾਰੀ ਕੀਤੇ ਨੇ ਪੰਜਾਬ ਦੀਆਂ ਪੰਜ ਹੋਣ ਹਰਤੀਆਂ ਨੇ ਵਿਦੇਸ਼ੀ ਧਰਤੀ ਤੇ ਕਮਾਲ ਕਰ ਦਿੱਤਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਦਿਅਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦੇ ਵੱਲੋਂ ਸੂਬੇ ਦੇ ਵੱਖ-ਵੱਖ ਸਕੂਲਾਂ ਤੋਂ ਗ੍ਰੈਜੂਏਟ ਹੋਈਆਂ ਪੰਜ ਪੰਜਾਬੀ ਵਿਦਿਆਰਥਣਾਂ ਨੂੰ 322000 ਡਾਲਰ ਯਾਨੀ ਕਿ 1 ਕਰੋੜ 95 ਲੱਖ ਰੁਪਏ ਦਾ ਵਜ਼ੀਫਾ ਦਿੱਤਾ ਗਿਆ ਹੈ ਖਾਲਸਾ ਸਕੈਂਡਰੀ ਸਕੂਲ ਦੀ ਹੋਣ ਹਰ ਵਿਦਿਆਰਥਣ ਹਰਨੂਰ ਕੌਰ ਢਾਲੇਵਾਲ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਪ੍ਰੈਜ਼ੀਡੈਂਸ਼ੀਅਲ ਸਕਾਲਰਜ਼ ਅਵਾਰਡ ਤਹਿਤ 80000 ਸਾਈਮਨ ਫਰੇਜ਼ਰ ਯੂਨੀ ਫੈਸਟੀਵਲ ਨੂੰ 40000 ਬੀਸੀ ਐਕਸੀਲੈਂਸ 5000 ਸਿੱਖ ਵਿਰਾਸਤੀ 1500 ਤੇ ਡਿਸਟ੍ਰਿਕਟ ਅਥਾਰਟੀ ਦੇ ਵੱਲੋਂ 1250 ਡਾਲਰ ਵਜ਼ੀਫਾ ਮਿਲਿਆ ਹੈ ਇਸੇ ਤਰ੍ਹਾਂ ਸੀਮੋਲਕ ਫਾਊਂਡੇਸ਼ਨ ਦੇ ਵੱਲੋਂ ਅਮਨੀਕ ਖੋਸਾ ਜੀਆ ਗਿੱਲ ਗਾਵਿੰਨ ਰਾਏ ਤੇ ਤਮੰਨਾ ਕੌਰ ਗਿੱਲ ਨੂੰ 180000 ਡਾਲਰ ਦਾ ਵਜ਼ੀਫਾ ਦਿੱਤਾ ਗਿਆ ਹੈ ਇਟਲੀ ਦੇ ਵਿੱਚ ਵੀ ਪੰਜਾਬ ਦੀਆਂ ਧੀਆਂ ਨੇ ਝੰਡੇ ਗੱਡੇ ਨਸ਼ੀਦ ਭਗਤ ਸਿੰਘ ਨਗਰ ਦੇ ਪਿੰਡ ਖਾਨਖਾਨਾ ਨਾਲ ਸਬੰਧਿਤ ਮਾਪਿਆਂ ਦੇ ਧੀ ਲਾਪ੍ਰਿਤ ਰਾਏ ਨੇ ਰូមਾਨੀਆ ਦੇ ਵਿੱਚ ਹੋਈਆਂ ਸਟੇਟ ਪੱਧਰ ਦੀ 800 ਮੀਟਰ ਦੀ ਦੌੜ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਹੈ ਤੇ ਉਹ 26 ਤੇ 28 ਜੁਲਾਈ ਨੂੰ ਕੌਮੀ ਪੱਧਰ ਤੇ ਅੰਡਰ 20 ਦੀਆਂ ਇਟਲੀ ਦੇ ਸ਼ਹਿਰ ਰੇਤੀ ਵਿੱਚ ਹੋਣ ਵਾਲੀ ਚੈਂਪੀਅਨਸ਼ਿਪ ਦੇ ਵਿੱਚ ਵੀ ਹਿੱਸਾ ਲੈਣ ਜਾ ਰਹੀ ਹੈ ਲਾਪ੍ਰਿਤ ਰਾਏ ਇਟਲੀ ਦੇ ਸ਼ਹਿਰ ਰਾਵੇਨਾ ਦੇ ਕਸਬਾ ਬ੍ਰਸੀਗੇਲਾ ਦੀ ਰਹਿਣ ਵਾਲੀ ਹੈ ਉਮਰ 19 ਸਾਲ ਹੈ ਇਟਲੀ ਦੀ ਹੀ ਜੰਪਲ ਹੈ ਤੇ ਪੜ੍ਹਾਈ ਵੀ ਕਰ ਰਹੀ ਹੈ ਜ਼ਿੰਬਾਬੇ ਖਿਲਾ ਫਰ ਖੇਡੇਗੇ T20 ਦੇ ਦੂਸਰੇ ਕ੍ਰਿਕਟ ਮੈਚ ਵਿੱਚ ਟੀਮ ਇੰਡੀਆ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਸੈਂਕੜਾ ਲਾਇਆ ਪੰਜਾਬ ਦੇ ਰਹਿਣ ਵਾਲੇ ਅਭਿਸ਼ੇਕ ਸ਼ਰਮਾ ਯਵਰਾਜ ਸਿੰਘ ਨੂੰ ਆਪਣਾ ਉਸਤਾਦ ਮੰਨਦੇ ਨੇ ਕਹਿੰਦੇ ਜਦੋਂ ਮੈਂ ਸ਼ਨੀਚਰਵਾਰ ਨੂੰ ਪਹਿਲੇ ਮੈਚ ਵਿੱਚ 0 ਤੇ ਆਊਟ ਹੋਇਆ ਤਾਂ ਯਵਰਾਜ ਕਾਫੀ ਖੁਸ਼ ਸਨ ਮੈਂ ਉਹਨਾਂ ਨੂੰ ਕਾਰਨ ਪੁੱਛਿਆ ਤਾਂ ਉਹਨਾਂ ਨੇ ਹੱਸਦੇ ਹੋਏ ਕਿਹਾ ਕਿ ਚੰਗੀ ਸ਼ੁਰੂਆਤ ਹੈ ਪਰ ਹੁਣ ਮੈਂ ਉਮੀਦ ਕਰਦਾ ਕਿ ਮੇਰੇ ਸੈਂਕੜੇ ਨਾਲ ਜ਼ਿਆਦਾ ਖੁਸ਼ ਹੋਏ ਹੋਣਗੇ ਅਭਿਸ਼ੇਕ ਨੇ ਸੈਂਕੜੇ ਦਾ ਕ੍ਰੈਡਿਟ ਯੁਵਰਾਜ ਸਿੰਘ ਨੂੰ ਹੀ ਦਿੱਤਾ ਕਹਿੰਦੇ ਮੇਰੀ ਯੁਵਰਾਜ ਸਿੰਘ ਨੇ ਨਾ ਸਿਰਫ ਮੈਦਾਨ ਦੇ ਵਿੱਚ ਬਲਕਿ ਮੈਦਾਨ ਤੋਂ ਬਾਹਰ ਵੀ ਕਾਫੀ ਮਦਦ ਕੀਤੀ ਹੈ ਜ਼ਿੰਬਾਬਵੇ ਟੂਰ ਲਈ ਅਭਿਸ਼ੇਕ ਸ਼ਰਮਾ ਦੀ ਪਹਿਲੀ ਵਾਰ ਟੀਮ ਇੰਡੀਆ ਦੇ ਵਿੱਚ ਚੋਣ ਹੋਈ ਹੈ ਪੰਜਾਬ ਦੇ ਕਿਸਾਨਾਂ ਨੂੰ ਹੁਣ ਦੇਸ਼ ਦੇ ਉਹਨਾਂ ਸਾਰੇ ਐਮਪੀਸ ਤੋਂ ਆਸਾਂ ਨੇ ਜਿਹੜੇ ਕਿ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਨਹੀਂ ਹਨ ਬੀਜੇਪੀ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੇ ਮੈਂਬਰ ਪਾਰਲੀਮੈਂਟਾਂ ਤੋਂ ਕਿਸਾਨਾਂ ਨੇ ਵੱਡੀ ਆਸ ਰੱਖੀ ਹੈ ਕਿ ਇਹ ਐਮਪੀ ਕਿਸਾਨੀ ਮੰਗਾਂ ਦਾ ਪ੍ਰਾਈਵੇਟ ਬਿੱਲ ਲੇ ਹੌਣ ਸੰਬੰਧੀ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣਗੇ ਕਿਸਾਨੇ ਵੀ ਚਾਹੁੰਦੇ ਨੇ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਵੀ ਲਿਆਉਣ ਦੇ ਲਈ ਲੋਕ ਸਭਾ ਦੇ ਵਿੱਚ ਬਾਕੀ ਸਾਰੀਆਂ ਪਾਰਟੀਆਂ ਦੇ ਐਮਪੀ ਆਜ਼ਾਦ ਐਮਪੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਇਸੇ ਤਹਿਤ ਕਿਸਾਨਾਂ ਦੇ ਵੱਲੋਂ 8 ਜੁਲਾਈ ਨੂੰ ਦੇਸ਼ ਭਰ ਦੇ ਗੈਰ ਭਾਜਪਾ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪੇ ਗਏ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਪੰਜਾਬ ਦੇ ਕਿਸਾਨ ਫਰਵਰੀ ਮਹੀਨੇ ਤੋਂ ਲੈ ਕੇ ਲਗਾਤਾਰ ਹੁਣ ਤੱਕ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਮੋਰਚਿਆਂ ਤੇ ਬੈਠੇ ਨੇ ਘਟੋ ਘਟ ਸਮਰਥਨ ਮੁੱਲ ਗਰੰਟੀ ਕਾਨੂੰਨ ਇ ਦੀਆਂ ਮੰਗਾਂ ਦੇ ਵਿੱਚ ਸਭ ਤੋਂ ਅਹਿਮ ਹੈ ਸਭ ਤੋਂ ਮਹੱਤਵਪੂਰਨ ਹੈ ਪੰਜਾਬ ਹਰਿਆਣਾ ਸਰਹੱਦ ਤੇ ਖੜੇ ਕਿਸਾਨਾਂ ਨੇ ਹੁਣ ਸੰਸਦ ਦੇ ਵਿੱਚ ਆਪਣੀ ਆਵਾਜ਼ ਪਹੁੰਚਾਉਣ ਦਾ ਇਹ ਨਵਾਂ ਤਰੀਕਾ ਅਪਣਾਇਆ ਹੈ ਕਿਸਾਨ ਚਾਹੁੰਦੇ ਨੇ ਕਿ ਵਿਰੋਧੀ ਧਿਰਾਂ ਦੇ ਨਾਲ-ਨਾਲ ਐਨਡੀਏ ਵਿੱਚ ਸ਼ਾਮਲ ਗੈਰ ਬੀਜੇਪੀ ਸੰਸਦ ਮੈਂਬਰ ਉਹਨਾਂ ਦੇ ਮੁੱਦਿਆਂ ਸੰਬੰਧੀ ਪ੍ਰਾਈਵੇਟ ਬਿੱਲ ਲਿਆਉਣ ਤਾਂ ਜੋ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲ ਸਕੇ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਨੇ ਦੱਸਿਆ ਕਿ ਕਿਸਾਨਾਂ ਨੇ ਹਰ ਜ਼ਿਲ੍ਹੇ ਦੇ ਵਿੱਚ ਸੰਸਦ ਮੈਂਬਰਾਂ ਦੇ ਘਰਾਂ ਤੱਕ ਮਾਰਚ ਕੱਢ ਕੇ ਉਹਨਾਂ ਨੂੰ ਮੰਗ ਪੱਤਰ ਸੌਂਪੇ ਹਨ। ਕਿ ਤੋਂ ਆਸ ਰੱਖਾਂਗੇ ਪੂਰੇ ਦੇਸ਼ ਦੇ ਜਿਹਨੇ ਗੈਰ ਭਾਜਪਾਏ ਪਿੱਛੇ ਨੇ ਗਿਆ ਉਹਨਾਂ ਤੋਂ ਆਸ ਰੱਖਾਂਗੇ ਕਿ ਉਹ ਜੋ ਕੋ ਜਿਸ ਇਸ ਪੱਤਰ ਦੇ ਵਿੱਚ ਮੰਗ ਪੱਤਰ ਅਨੁਸਾਰ ਲਿਖਿਆ ਵਾ ਉਹਦੇ ਅਨੁਸਾਰ ਕੰਮ ਕਰਦਿਆਂ ਦੇਸ਼ ਦੇ 140 ਕਰੋੜ ਪਾਰਸੀਆਂ ਨੂੰ ਬਜਾਉਣ ਦੀ ਅੱਜ ਤੋਂ ਹੀ ਕੋਸ਼ਿਸ਼ ਸ਼ੁਰੂ ਕਰ ਦੇਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਰਕਾਰਾਂ ਤੋਂ ਲੋਕਾਂ ਦਾ ਭਰੋਸਾ ਉੱਠਿਆ ਵਾ ਉਹ ਭਰੋਸਾ ਬਹਾਲ ਹੋ ਸਕੇ ਪਹਿਲਾਂ ਵੀ ਕਿਸਾਨਾਂ ਦੇ ਹੱਕ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੇ ਹੱਕ ਲਈ ਡਟ ਕੇ ਲੜਾਈ ਲੜੇ ਠੀਕ ਹੈ ਅਸੀਂ ਆਪ ਵੀ ਲੜਾਂਗੇ ਤੇ ਜਿਹੜੇ ਪ੍ਰਾਈਵੇਟ ਬਿੱਲ ਲੈ ਕੇ ਆਉਣਾ ਕਿਸਾਨੀ ਦੇ ਵਾਸਤੇ ਉਹ ਵੀ ਅਸੀਂ ਸਾਡੇ ਪ੍ਰਧਾਨ ਸਾਹਿਬ ਨਾਲ ਸਾਡੇ ਆਪੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਜੀ ਨਾਲ ਅਸੀਂ ਗੱਲ ਕਰਕੇ ਤੇ ਇਹ ਵੀ ਅਸੀਂ ਜ਼ਰੂਰ ਪਾਰਲੀਮੈਂਟ ਲੈ ਕੇ ਆਵਾਂਗੇ ਤਾਂ ਕਿ ਕਿਸਾਨੀ ਨੂੰ ਬਚਾਇਆ ਜਾ ਸਕੇ ਕਿਸਾਨ ਨੂੰ ਮਜ਼ਦੂਰ ਨੂੰ ਬਚਾਇਆ ਜਾ ਸਕੇ ਅੰਮ੍ਰਿਤਸਰ ਦੇ ਕਿਸਾਨ 에어ਪੋਰਟ ਰੋਡ ਤੇ ਸਥਿਤ ਬਿਜਲੀ ਵਿਭਾਗ ਦੇ ਚੀਫ ਇੰਜੀਨੀਅਰ ਦੇ ਦਫਤਰ ਦੇ ਬਾਹਰ ਇਕੱਠੇ ਹੋਏ ਉਸ ਤੋਂ ਬਾਅਦ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਘਰ ਤੱਕ ਪੈਦਲ ਮਾਰਚ ਕੱਢਿਆ ਗਿਆ ਅਤੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਕਿਸਾਨਾਂ ਦੇ ਵੱਲੋਂ ਇਹ ਮੰਗ ਪੱਤਰ ਪੰਜਾਬ 'ਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੈਂਬਰ ਪਾਰਲੀਮੈਂਟਾਂ ਨੂੰ ਦਿੱਤੇ ਗਏ। ਇਹ ਤਸਵੀਰਾਂ ਵੀ ਆਪਣੇ ਸਾਹਮਣੇ ਆ ਗਈਆਂ ਨੇ ਜਦੋਂ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਵੀ ਕਿਸਾਨ ਲੀਡਰਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਮੈਂਬਰ ਪਾਰਲੀਮੈਂਟਾਂ ਨੂੰ ਆਪਣੇ ਮੰਗ ਪੱਤਰ ਸੌਂਪੇ ਕਿਸਾਨੀ ਮੰਗਾਂ ਦੇ ਨਾਲ ਸੰਬੰਧਿਤ ਇਹ ਮੰਗ ਪੱਤਰ ਸੌਂਪੇ ਗਏ। ਜਗਜੀਤ ਸਿੰਘ ਡੱਲੇਵਾਲ ਹੋਣਾਂ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ। ਸਰਵੰਤ ਸਿੰਘ ਪੰਦੇੜ ਦੀਆਂ ਤਸਵੀਰਾਂ ਵੀ ਹਨ ਅਤੇ ਹੋਰ ਵੀ ਕਈ ਕਿਸਾਨ ਲੀਡਰਾਂ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ पत्र सौंपे भाजपा में जो शामिल एनडीए के घटक है हम उनसे भी कहेंगे आप लोग पहली बार चुन के आए हैं ये ज्वाइंट सरकार है आपका पक्ष भी नीतीश कुमार जी का चंद्रबाबू नायडू जी का और अन्य जो दल है उनका पक्ष सामने देश के आएगा किसान मजदूर के बारे में वो लोग क्या समझ रहे हैं और हम इस बार सभी किसानों मजदूरों को अपील करते आज दसियों हजार किसान मजदूर है जो एम को मांग पत्र देने जाएंगे और इस मानसून सत्र में किसानों की मांगों के ऊपर खास करके एमएसपी के ऊपर बड़ी चर्चा होगी और सरकार से आशा करेंगे कि वो एम एस पी के लिए बजट बनाए कर्ज मुक्त के लिए बजट बनाए और अन्य मांगों के ऊपर भी बजट रखे धन्यवाद ਇਸੇ ਤਰ੍ਹਾਂ ਕਿਸਾਨਾਂ ਦੇ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਮੈਂਬਰ ਪਾਰਲੀਮੈਂਟ ਵਜੋਂ ਜਿੱਤੇ ਅਮਰਿਤਪਾਲ ਸਿੰਘ ਦੇ ਘਰ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਅਮਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਟੈਂਟ ਲਾ ਕੇ ਉਹਨਾਂ ਦੇ ਪਰਿਵਾਰ ਨੂੰ ਸਾਰੀ ਸਥਿਤੀ ਤੋਂ ਕਿਸਾਨਾਂ ਨੇ ਜਾਣੂ ਕਰਵਾਇਆ ਅਤੇ ਫਿਰ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੂੰ ਮੰਗ ਪੱਤਰ ਸੌਂਪਿਆ ਪਿਤਾ ਦੇ ਰਾਹੀਂ ਅਮਰਿਤਪਾਲ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਕਿਸਾਨ ਐਮਐਸਪੀ ਦੀ ਗਰੰਟੀ ਕਾਨੂੰਨ ਸਮੇਤ 23 ਫਸਲਾਂ ਤੇ ਐਮਐਸਪੀ ਦੇਣ ਲਈ 13 ਰਵਿਦੂ ਹਰਿਆਣੇ ਦੀਆਂ ਹੱਦਾਂ ਤੇ ਬੈਠੇ ਹੋਏ ਹਨ ਤੇ ਹੁਣ 8 ਜੁਲਾਈ ਤੋਂ ਬਾਅਦ 12 ਜੁਲਾਈ ਨੂੰ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਡੀਸੀ ਐਸਐਸਪੀ ਦਫ਼ਤਰ ਬਠਿੰਡਾ ਦਾ ਕਿਰਾਉ ਕੀਤਾ ਜਾਏਗਾ ਤੇ ਫਿਰ ਉਸ ਤੋਂ ਬਾਅਦ 17 ਜੁਲਾਈ ਨੂੰ ਹਰਿਆਣਾ ਦੇ ਨੌਜਵਾਨ ਕਿਸਾਨ ਨਵਦੀਪ ਸਿੰਘ ਜਲਵੇੜਾ ਦੀ ਰਿਹਾਈ ਦੇ ਲਈ ਐਸਪੀ ਦਫ਼ਤਰ ਅੰਬਾਲਾ ਦਾ ਕਿਰਾਉ ਵੀ ਕੀਤਾ ਜਾਵੇਗਾ ਇਹ ਜਾਣਕਾਰੀ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਦਿੱਤੀ